ਹੈਲੋ ਡੈਲੀ ਟਾਈਮ ਚ ਤੁਹਾਂ ਸਾਰਿਆਂ ਦਾ ਸਵਾਗਤ ਹੈ ਅੱਜ ਤੁਹਾਂ ਨੇ ਕਿਆ ਗੱਲ ਸ਼ੁਰੂ ਕਰਾਂ ਅੱਜ ਤਾਂ ਇਹ ਇੱਕ ਤਾਂ ਬੜਵਰੀ ਸੀਤ ਕੱਲ ਤੁਹਾਂ ਨੇ ਵਾਦਾ ਵੀ ਕੀਤਾ ਸੀ ਕਿ ਅੱਜ ਤੁਹਾਂ ਦਸਣੀ ਹੈ ਗਾਂ ਕਿਆ ਗੱਲ ਕਰਨੀ ਸੀ ਧਰਮਸ਼ਾਲਾ ਦੀ ਗੱਲ ਕਰਨੀ ਸੀ ਫੇਰ ਸਦੀਲੂ ਚਾਚੂ ਬੋਬੋ ਕੰਛੁਣ ਕੀ ਤਾਈ ਕਿਨਾ ਸਾਰੇ ਨੇ ਵੀ ਗੱਲ ਕੀਤੀ ਕਿ ਕਿਆ ਕਰਨਾ ਹੈ ਅੱਜ ਇਹਦਾ ਕਿਆ ਸਾਡਾ ਰਹਿਣਾ ਹੈ ਸਾਡਾ ਪੂਰਾ ਹਿਸਾਬ ਕਿਤਾਬ ਕਿਆ-ਕਿਆ ਤੁਹਾਂ ਨੇ ਕਲਣਾ ਹੈ ਤਾਂ ਪਹਿਲੇ ਤੈਨੂੰ ਗੱਲ ਤੋਂ ਹਾਂ ਦੱਸਾਂ ਅੱਜ ਤਾਂ ਇੱਕ ਤਾਂ ਰਾਤੀ ਬੜੀ ਬਾਰੀ ਬਰਖਾ ਹੋਈ ਬਰਖਾ ਹੋਈ ਤਾਂ ਅੱਜ ਜੋ ਹੀ ਠੰਡ ਹੁਣ ਠੰਡ ਹੋਈ ਮੋਲ ਹੋਈ ਠੰਡਾ ਪਰ ਉਹਨੂੰ ਗੱਲਾਂ ਤੂੰ ਹਾਂ ਨੇ ਐਸੀ ਐਸੀ ਹੋਣੀਆਂ ਕਿ ਮੋਲ ਹੋ ਜਾਣਾ ਗਰਮ ਮੈਂ ਤਾਂ ਅੱਜ ਪੂਰੀ ਟੋਪੀ ਟੋਪੀ ਲਾਈ ਕਰੀ ਸੋਲ ਸੂ ਲੈ ਕਰੀ ਬੈਠਿਆ ਪੱਟੂ ਮੈਂ ਲੈ ਲਈ ਅੱਜ ਪੂਰਾ ਨਾ ਕਿ ਅੱਜ ਤਾਂ ਪੱਟੂ ਬਿਲਕੁਲ ਓਡੀ ਕਰੀ ਬੈਠਿਆ ਮੈਂ ਕਿ ਤੂੰ ਗੱਲ ਕਰਨੀ ਤਾਂ ਵਧੀਆ ਕਰਨੀ ਹੁਣ ਗੱਲਾਂ ਐਸੀਆਂ ਹੋਣੀਆਂ ਕਿ ਮੌਲ ਵੀ ਗਰਮ ਹੋਣਾ ਮੌਸਮ ਵੀ ਗਰਮ ਹੋਣਾ ਗੱਲਾਂ ਨੇ ਗਰਮ ਕਰ ਲੈਣਾ ਨਾ ਉਂੀਆਂ ਠੰਡ ਤਾਂ ਬੜੀ ਹੈ ਬਾਹਰ ਤਾਂ ਪਹਿਲੀ ਗੱਲ ਤਾਂ ਬੜਵਰੀ ਦੁੱਖੇ ਦੀ ਗੱਲ ਐ ਇੱਕ ਤਾਂ ਇੱਕ ਤਾਂ ਬੋਬੋ ਕਨੇ ਰਸੀਲੂ ਚਾਚੂ ਹੋਈਏ ਗੁੱਸੇ ਤੀਣਾ ਬੋਲਿਆ ਕਿ ਅੱਜ ਤਹਾਂ ਤੀਜੋ ਨੇ ਕੋਈ ਗੱਲ ਨਹੀਂ ਕਰਨੀ ਫਿਰ ਇਹ ਮੈਂ ਗਿਆ ਛੁਣ ਕੀ ਤਾਇਆ ਮੈਂ ਲਛੁਣ ਕੀ ਤਾਈ ਮੈਂ ਪਾਇਆ ਧਰਮਸਾਲਾ ਦਾ ਪੂਰਾ ਦੱਸਦਾ ਸਾਰੇ ਉਹਨਾਂ ਲੇਖਾ ਜੋਖਾ ਕਿੱਤਾ ਤਰੰਸਾਲਾ ਕਿਆ ਹੋਦਾ ਕਿੰਆ ਹੋਦਾ 2012 ਤੇ ਮੇ ਤਰੰਸਾਲਾ ਕਿਤਾ ਸੁਰੂ ਤਾਂ ਛੁਣਕੀ ਤਾਈਏ ਬੋਲਿਆ ਕਿ ਮਿਆਂ ਇਹ ਕਿਆ ਤੂੰ ਬੋਲਦਾ ਕੱਲ ਤੂੰ ਬੋਲਿਆ ਸਿਮਲੇ ਬੋਲਿਆ ਮੈਂ ਸੁਣਿਆ ਕਿ ਬੜੀ ਬੜੀ ਵੱਡੀ ਛਿੰਝ ਹੋਈ ਕਨੇ ਤੂੰ ਤਰੰਸਾਲਾ ਦੀਆਂ ਗੱਲਾਂ ਲੈ ਕੇ ਰੀ ਬੈਠਿਆ ਮੈਂ ਲੈ ਛੁਣਕੀ ਤਾਈ ਸਾਦਾ ਛਿੰਝ ਜੋ ਇਹ ਬਲਨ ਤਰੰਸਾਲਾ ਵਾਦਾ ਕਿਤੇ ਸਤ ਤਰੰਸਾਲਾ ਲੋਕ ਕਿ ਸਾਰੇ ਇੰਤਜ਼ਾਰ ਕਰ ਰਹੇ ਹੋਣੇ ਕਿ ਮੇ ਉਹ ਮੁੰਨੂ ਕੱਲ ਕਿਆ ਲੇਉਂਗਾ ਹੁਣ ਕੱਲ ਕਿਆ ਦਸਗਾ ਤਰਮਸਾਲਾ ਬਾਰੇ ਕਿਉਂਕਿ ਮੈਂ ਨਗਰ ਨਿਗਮ ਚੋਣਾਂ ਬਾਰੇ ਤਾਂ ਸ਼ੁਰੂ ਕਰੀ ਤੇ ਬੋਲਣਾ ਤਾਂ ਛੁਣਕੀ ਤਾਈ ਬੋਲਣ ਲੱਗੀ ਕਿ ਧਿਕ ਗੱਲ ਸੁਣ ਪਹਿਲੇ ਤਾਂ ਗੱਲ ਕਰਨੀ ਛਿੰਜਾ ਦੀ ਹੁਣ ਦਿਖਾ ਮੇਲਿਆਂ ਦਾ ਸੀਜ਼ਨ ਲੱਗਿਆ ਹੁਣ ਮੇਰੀ ਜਵਾਨੀ ਕੁਛ ਨਹੀਂ ਹੈ ਸਭ ਛੁਣਕੀ ਤਾਈਏ ਬੋਲਿਆ ਮੈਂ ਤੂੰ ਐਮਾ ਤਾਂ ਸੋਚਦੇ ਕਿ ਮੇਰੇ ਸ਼ਬਦਨ ਸਭ ਛੁਣਕੀ ਤਾਈਏ ਸ਼ਬਦਨ ਹੁਣ ਛੁਣਕੀ ਤਾਈਏ ਬੋਲਿਆ ਤਾਂ ਮੈਂ ਕੀ ਕਰਾਂ ਛੁਣਕੀ ਤਾਈ ਸਾਹਮਣੇ ਉਹ ਨਹੀਂ ਚਾਹਦੀ ਬੋਲਦੀ ਅੱਲੇ ਨਹੀਂ ਹੋਣਾ ਇੱਕ ਟਾਈਮ ਹੋਊਗਾ ਫਿਰ ਮੈਂ ਕੈਮਰੇ ਪਰ ਵੀਉਂਗੀ ਤੇਸਤੇ ਬਦੀ ਇਹ ਬੋਲੇ ਤੂੰ ਛਿੰਜਦੀ ਗੱਲ ਜਿਹੜੀ ਐਸਾ ਤੂੰ ਮੇਰੇ ਤੂੰ ਹੀ ਬੋਲੀ ਦੇ ਬੋਲੇ ਉਹ ਦਿਖਾ ਕੱਲ ਸਿਮਲੇ ਸੁਣਾ ਦਿਖਾ ਤੂੰ ਸਾਰਿਆਂ ਨੂੰ ਲੱਗ ਗਿਆ ਪਤਾ ਕੱਲ ਸੇ ਦੇ ਦਾ ਕੰਪੇਲ ਹੋਈ ਸਿਮਲੇ ਦੇ ਬੁਰਾ ਆਏ ਐ ਆਪਸ ਚ ਤੱਕਾ ਮੁੱਕੀ ਐ ਤਾਂ ਦੇ ਜੋਰ ਤਾਂ ਦੇ ਜੋਰ ਤਾਂ ਦੇ ਜੋਰ ਲੱਗੇ ਮੈਂ ਵੀ ਛੁਣਕੀ ਤਾਈਆ ਸੁਣਦਾ ਰਿਹਾ ਮੈਂ ਕਿਹਾ ਛੁਣਕੀ ਤਾਈ ਫੇਰੀ ਪੈਰਾਂ ਛੁਈ ਕਰੀ ਕਰ ਮੈਂ ਵੀ ਛੁਣਕੀ ਤਾਈਏ ਪੈਰਾਂ ਗਿਆ ਬਈ ਮਾਲਾ ਪਕੜੀ ਲੈ ਪੈਰ ਮੇਲੇ ਤਾਈ ਤਬੂਨ ਫੇਰੀ ਕੀ ਬੋਲਣਾ ਤਾਈ ਬੋਲਣ ਲੱਗੀ ਕਿ ਦਿਖ ਓਣੋ ਦਾ ਮੇਲੇ ਦਾ ਸੀਜ਼ਨ ਜਿੰਨਾਂ ਸਿਮਲੇ ਬੋਲਿਆ ਹੋਇਆ ਕੱਲ ਤੇ ਇੰਨਾ ਲੱਗਾ ਦਾ ਕਿ ਅਗਲੀ ਵਾਰੀ ਪਹਲਾਨ ਕੁਝ ਕੀ ਬੋਲਿਆ ਬਾਰੇ ਦੇ ਨਹੀਂ ਕੁਝ ਕੀ ਲੋਕਲੇ ਨੇਤੇ ਹੀ ਨਾ ਪਹਲਾਨ ਬਣੇ ਇੰਨਾ ਇੰਨਾ ਲੜਾਣਾ ਪੋਇਆ ਬੋਲੈਕਸ਼ਣ ਜੱਜ ਮਾਲਾ ਤਾਈ ਇਹਦੀ ਕੋਈ ਗੱਲ ਨਹੀਂ ਉੰਦਾ ਮੱਲੇ ਕਦੀ ਕਦੀ ਆਪਸ ਚੋਈ ਅੰਦਾ ਗਰਮ ਮિજાਜੀ ਹੋ ਜਾਂਦੀ ਮੋਲ ਠੰਡਾ ਮੱਲੇ ਚੱਲਾ ਸਰੀਰ ਵੀ ਠੰਡਾ ਹੋਣਾ ਜਰਾ ਕੀ ਗਰਮੀ ਪਾਣੇ ਗਰਮਸ ਪਾਣੇ ਵਾਸਤੇ ਹੋਈ ਹੋਣੀ ਤਣਾ ਤਣੀ ਹੁਣ ਕੀ ਜਾਚੀ ਬੋਲੇ ਤਾਈ ਬੋਲੇ ਨਾ ਉਹ ਬੱਚਾ ਬੜਾ ਬੁਰਾ ਬੋਲੇ ਆ ਜਿਸ ਸਾਬੇ ਨੇ ਬੋਲਿਆ ਕੱਲ ਤਾਂ ਬੋਲਿਆ ਜਿਹੜੇ ਸਾਡੇ ਮੁੱਖ ਮੰਤਰੀ ਨੂੰ ਬੋਲਿਆ ਤੀਨ ਗਲਾਇਆ ਕਿ ਜਨਤਾ ਦੀ ਗੱਲ ਤੂੰ ਮੰਨਣਾ ਨਹੀਂ ਤਾਂ ਜਨਤਾ ਜ਼ਮੀਨ ਨਾ ਚ ਵੀ ਗਾੜੀ ਨਹੀਂ ਹੁੰਦੀ ਬੋਲਿਆ ਜ਼ਮੀਨਾਂ ਪਰ ਰਹੀਆ ਬੋਲੇ ਤਾ ਬੋਲਿਆ ਤਾਈ ਬੋਲਿਆ ਮੈਂ ਤਾਂ ਇਤਨਾ ਡਰ ਗਈ ਕਿ ਹਾਈ ਬੂਣ ਕੇ ਹਾਂਗਾ ਪਹਿਲੇ ਮੈਂ ਸਵਾੜੂਆਂ ਚ ਬੋਲਿਆ ਸਬਜ਼ੀਆਂ ਲਾਂਦੀ ਸੀ ਇਹ ਕਰਦੀ ਸੀ ਉਹਨੀਆਂ ਉਹ ਕੁਝ ਕਿ ਮੈਂ ਸਵਾੜੂ ਖੋਦਦਾ ਤਾਂ ਬੋਲਿਆ ਤੇ ਤੇ ਨੀਤੇ ਨਿਕਲੀ ਪੋਨ ਜਮੀਨਾਂ ਗਾੜੀ ਦੇਣ ਦਾ ਕੋ ਤੇ ਕੀ ਬੋਲਿਆ ਨੇ ਤੇ ਨੇ ਤੇ ਨਾ ਨਿਕਲਣ ਲੱਗੀ ਪੋਨ ਮੈਂ ਲੈ ਨਾ ਨਾ ਤਾਈ ਗੱਪਾਂ ਨਾ ਮੱਲੇ ਦੇ ਕੁਝ ਨਹੀਂ ਹੁੰਦਾ ਫਿਰ ਮੈਂ ਜੋ ਛੁਣਕੀ ਤਾਈਏ ਬੋਲਿਆ ਬੋਲੇ ਬੱਚਨ ਧਰਮਸਾਲਾ ਦਾ ਹੋਰ ਕੀ ਸੋਚਿਆ ਮੈਂ ਲੈ ਤਾਈ ਧਰਮਸਾਲਾ ਪੁੱਛਾ ਮਤ ਐ ਪੀਓ ਖੋਦੜਾ ਸਾਰੇ ਬੋਲਦੇ ਬਣੀਆਣਾ ਹਾਂ ਪਰਸਦ ਦਾ ਪਰਸਦ ਬਣੀਆਣਾ ਪਹਿਲੇ ਮੈਨੂੰ ਸਮਝ ਨਹੀਂ ਸੀ ਉਹਨਾਂ ਹੀ ਸਾਰੇ ਉਹ ਸਮਝ ਬਾੜੀ ਜ਼ਰਬੋਣੇ ਬਾਦ ਮੈਂ ਕਲ ਦੱਸਿਆ ਨਾ ਤੂੰ ਹੈ ਕਈ ਜਰਮਾਨ ਦਾ ਟੁੱਟੀ ਇਹ ਮੈਨ ਲਤਾਈ ਕੋਣ ਮੈਨ ਲ ਸਾਰੇ ਮੈਨ ਲ ਵਿਚਾਰੇ ਕਈ ਤੱਕ ਘਰ ਸੋਈ ਹੋ ਮੈਨ ਕਿੰਨੋ ਬੁਖਾਰ ਚੜੀ ਗਿਆ ਕਿੰਨੋ ਕਮਜ਼ੋਰੀ ਆਈ ਕਿ ਹਾਈ ਬੋ ਉਹਨ ਸਾਡਾ ਕੀ ਆਊਗਾ ਆਹ ਤਾਂ ਚੋਣ ਲੜੀ ਨਹੀਂ ਸਕਦੇ ਤਾਂ ਉਹਨਸਾ ਵਿਚਾਰੇ ਉਹ ਦੇ ਬੜੇ ਭਾਰੀ ਮਨੇ ਨੇ ਦਿਲੇ ਪਰ ਪੱਥਰ ਰੱਖੀ ਕਰੇ ਉਹਨ ਕਈਆਂ ਦਾ ਸਮਰਥਨ ਕਰਨਾ ਪੋਣਾ छुणकी ती सुनती रही मेरिया गलत छुणकी ताई बोले मिया बच्चा एक तो बोले सिमल ले छिंजा में परेशान है दू नगर निगम के चुनाव बोले नगर निगम के चुनाव की चली थी गलत बोले लेकिन अचानक छिंज आई ना मेरा सारा ध्यान बोलिए छिंज पर चली गया फिर छुणकी ताई जरा कि दिखा धर्मशाला सर बोलना ही पौना धर्म मिया वार्ड लेके वार्ड सतारा कर ਟੱਟ ਤੇ ਕੱਟ ਬੋਲੇ ਤਾਈ ਆਪਣਾ ਸਾਬ ਲਾਇਆ ਬੋਲੇ ਕੁੰਜਾ ਦੇ ਕੁੰਜਾ ਮਰਥੀ ਨੇ ਬੋਲੇ 21 ਬਾੜ ਤੇ ਤਰਤਰ ਤੀਨਾ ਕੁੰਜਾ ਦੇ ਕਾੜਦੇ ਗੜਦਾ ਬੋਲੇ 40 ਐਸੇ ਨਾ ਜਿਹੜੇ ਦਲੇਬਰ ਤੀਨਾ ਦੇ ਪਈ ਪੱਥਰ ਗਨਰ ਮਾਨ ਦੇ ਨ ਦੇ ਪਈ ਬਾਲਟੀਆਂ ਭਰੇ ਭਰੀ ਪਾਣੀ ਉਪਰ ਤੇ ਠੰਡ ਹੁਣ ਚੋਣ ਆਯੋਗ ਹੋਈਆ ਸਰਕਾਰ ਹੋਈ ਬਾੜ ਰਿਜ਼ਰਵ ਕਰੀ ਕਿਤਨਾ ਦੇ ਬਾਲਟੀਆਂ ਠੰਡਾ ਪਾਣੀ ਪਾਈ ਪਾਈ ਕੇ ਨਾ ਤੀਨਾ ਦੇ ਅਰਮਾਨਾਂ ਦੀ ਰਹੀ ਸੀ ਕਸਰ ਵੀ ਕਰਤੀ ਠੰਡੀ ਹੁਣ ਸਾਂ ਹੋਈ ਜਹਾਮ ਕੀਨਾਂ ਦੀ ਸੋਚ ਵੀ ਜਾਮ ਹੋਈ ਔਰ ਤੇਨਾ ਦਿਮਾਗ ਵੀ ਜਾਮ ਹੋਈ ਔਰ ਸੋਚ ਚ ਕਰਨੀ ਤਾਂ ਕਰਨ ਨਾ ਕਿਆ ਇਸਨੇ ਜਾਣੀ ਉਸਨੇ ਜਾਣ ਤਾਂ ਲੈ ਦੇ ਕੇ ਮੈਂ ਪੁੱਛੀ ਲੈ ਮੈਲਾ ਚੁਣਕੀ ਤਾਈ ਤਾਈ ਇੱਕ ਗੱਲ ਦੱਸਾ ਮੈਲਾ ਬਾਈ ਇਲੈਕਸ਼ਨ ਹੋਏ ਮੈਲਾ ਕਾ ਰਿਜ਼ਲਟ ਤੁਹਾਡੇ ਸਾਹਮਣੇ ਹੈ ਇੱਕ ਜਿੱਤਿਆ ਇੱਕ ਦੂਏ ਨੰਬਰ ਰੇ ਇੱਕ ਤ੍ਰੀਏ ਨੰਬਰ ਰੇ ਆ ਤਾਂ ਕੀ ਕਰਕੇ ਮੈਲਾ ਅਗਲੀ ਵਾਰੀ ਪਤਾ ਨਹੀਂ ਕਿਆ ਲਾਤ ਬਣਨੇ ਮੈਲਾ ਜਨਤਾ ਕਿਆ ਕਰਨਾ ਕਿਆ ਨਹੀਂ ਕਰਨਾ ਚੁਣਕੀ ਤਾਈ ਬੋਲਣ ਲਗੀ ਅਗਲੀ ਵਾਰੀ ਜਿਹੜਾ ਆਉਂਗਾ ਸਾਲਡਡ ਸਾਲ ਪਿਆ ਤੇਸ ਤੇ ਪੱਲੇ ਬੋਲੇ ਤੂੰ ਹੀ ਕ ਗੱਲ ਦੀ ਖ ਬੋਲਿਆ ਕਿ ਛਿੰਜਾ ਦੀ ਗੱਲ ਕਰ ਬਾਰ ਬਾਰ ਛਿੰਜਾ ਦੀ ਗੱਲ ਕਰੀ ਕਰੀ ਨਾ ਮੈਂ ਸੁਣਦਾ ਰਿਆ ਮੈਨੂੰ ਤਾਈ ਤੂੰ ਹੀ ਬੋਲ ਮੈਂ ਕਿਆ ਬੋਲਣਾ ਤਿੱਜੂ ਨੇ ਮੈਨੂੰ ਮੈਂ ਵੀ ਪੱਟੂ ਓਟਿਆ ਟੋਪੀ ਲਾਇਕ ਨਾ ਸ਼ਾਂਤੀ ਨੇ ਬਟਾ ਮੈਨੂੰ ਪੱਲੇ ਪਿੰਦੇ ਇੱਕ ਇੱਕ ਆਪ ਚਾਹੀਦਾ ਤਾਈ ਮਿੰਜੋ ਚਾ ਵੀ ਪਈ ਕ ਸੋਗੀ ਦੱਸਿਆ ਬੋਲੇ ਦਿਖ ਇਹ ਜਿਹੜੇ ੱੱਕੇ ਲੱਗੇ ਨਾ ਇਹ ਖਾਰਾ ਤਾਂ ਹੋਇਆ ਨਹੀਂ ਉਹ ਨਾ ਨਹੀਂ ਚਾਹੀਦਾ ਕਦੀ ਆਪਸ ਹੀ ਲੜਗੇ ਤੇ ਲੋਕਾਂ ਇਹ ਕਿਆ ਸਿੱਖ ਦੇਂਗੇ ਉਹ ਤਾਂ ਹੀ ਆ ਤਾਂ ਗਲਾਇਆ ਤਾਂ ਸਹੀ ਬੋਲੇ ਇੱਕ ਸਾਈਡ ਗਲਾਂਦੇ ਕਿ ਹਾਂ ਪ੍ਰਦੇਸ਼ ਮਜ਼ਬੂਤ ਕਰਨਾ ਇਹ ਕਰਨਾ ਉਹ ਕਰਨਾ ਬੋਲੇ ਇਸ ਤੇ ਖਰਾ ਤਾਂ ਮਿਆ ਟੱਕੇ ਲਾਂਦੇ ਬੇਰੋਜ਼ਗਾਰੀਓ ਟੱਕੇ ਲਾਂਦੇ ਇਹ ਗਰੀਬੀਓ ਟੱਕੇ ਲਾਂਦੇ ਮਹਿੰਗਾਈਓ ਤਾਂ ਤਾਂ ਬੋਲੇ ਕੋ ਜਨਤਾ ਦਾ ਬਲਾ ਹੁੰਦਾ ਪਰ ਬੋਲੇ ਆਪਸੀ ਕੀ ਕਮਰੇ ਬੈਣਾ ਸੋਗੀ ਬੋਲੇ ਗੱਪਾ ਮਾਰਨੀ ਅਗਰ ਫੇਰੀ ਕੀ ਦੂਏ ਟੱਕੇ ਮਾਰੀ ਕੇ ਕੁੰਡ ਕਿਆ ਸਾਬਿਤ ਕਰਨਾ ਚਾਹੁੰਦਾ ਨਾ ਇਹ ਮੇਰੇ ਬਸਤੇ ਤੋਂ ਬਾਹਰ ਮੈਂ ਛੁਣਕੀ ਤਾਈਆ ਬੋਲਿਆ ਕਿ ਛੁਣਕੀ ਤਾਈ ਚਲ ਛੱਡ ਗੱਲਾ ਅੱਜ ਤੱਕ ਅੱਜ ਹਾਂ ਇਤਨੀ ਗੱਲ ਕਰ ਦੇ ਕੋ ਮਿੰਜੋ ਨੂੰ ਟਾਈਮ ਨਹੀਂ ਥਾ ਇਖ ਤਾਂ ਬਰਖਾ ਵੜੀ ਹੋ ਦੇਹੀ ਇਤਨੀ ਬਰਖਾ ਮੈਂ ਬੜਾ ਬਾਰੀ ਪਰੇਸ਼ਾਨ ਮੈਂ ਲਾ ਤਾਈ ਮਿੰਜੋ ਲਗਾਈ ਠੰਡ ਮੈ ਲੈਣਾ ਅੱਜ ਮੈਂ ਤੇਰੇ ਅਸ ਦੋ ਤਿੰਨ ਮਿੰਟ ਹੀ ਬੈਠਾ ਮੈ ਲੈ ਤਾਈ ਕੱਲ ਮੈਂ ਲੈ ਤੈ ਜੋ ਹਲੂੰਗਾ ਕ ਮਿੰਜੋ ਦਾ ਬੋਬੋ ਮਨਾਣੀ ਕਰ ਸਿੱਲੂ ਚਾਚੂ ਵੀ ਉਹ ਕਿ ਲਈ ਗੱਲਣਾ ਕਿ ਮੈ ਲੈ ਮਿੰਜੋ ਹਲ ਵੀ ਨਹੀਂ ਉਹ ਦੋ ਤਿੰਨ ਤੂੰ ਹੱਤ ਮਿੰਜੋ ਲਾਪਣੇ ਜੜੇ ਇਹ ਮਿੰਜੋ ਗੱਲ ਨਾ ਦੱਸ ਦੇ ਤੈਨਾਂ ਗੱਲ ਦੱਸੀ ਕਰੀ ਤੰਨ ਗਾਂ ਲੋਕਾਂ ਨੇ ਦੱਸਦਾ ਕਿ ਲੋਕ ਇਹੋ ਦਾ ਮਿਓ ਲੋਕੋ ਉਹ ਕੇ ਚੱਲਿਆ ਇਹ ਹੋਣੇ ਆਲਾ ਤਾਂ ਮੈਲਿਆ ਤੂੰ ਹਦਿਆ ਮਿੰਜੋ ਅਸੀਰਵਾਦ ਕਨੇ ਦੁਆ ਕਰ ਤੂੰ ਹਮ ਮਿੰਜਨੇ ਕਨੇ ਮੈਲਿਆ ਕਰਾ ਕਿ ਮੇਰਾ ਇਹ ਕਾਰਜਕ੍ਰਮ ਜਿਹੜਾ ਹੈ ਠੀਕ ਚੱਲਿਆ ਤਾਂ ਛੁਣ ਕੀ ਤਾਈ ਮਿੰਜੋ ਤਾਸੀਰਵਾਦ ਕੱਲ ਮਿਲਨੇ ਦਾ ਕੀਤਾ ਵਾਦਾ ਹੁਣ ਧਰਮਸ਼ਾਲਾ ਦੀ ਜਿਹੜੀ ਰਹੀ ਸਹੀ ਗੱਲ ਐ ਸਾ ਹੁਣੀ ਕੱਲ ਪਰ ਭਗਵਾਨ ਨੇ ਦੁਆ ਕਰਨੇ ਕੋਈ ਹੋਰ ਚਿੰਝ ਨਾ ਪਈਏ ਅੱਜ ਰਾਤੀ ਕੋਈ ਹੋਰ ਚਿੰਝ ਪਈ ਤਾਂ ਕੱਲ ਫੇਰੇ ਤਵਾੜਨੇ ਫੇਰੀ ਚਿੰਝਾਂ ਗੱਲਾਂ ਹੋਣੀਆਂ ਉਹ ਕਿ ਤਾਈਆ ਬਸਾਂ ਦਾ ਚਿੰਜ ਨਾਏ ਤਾਈ ਬੋਲਦੀ ਮੈਂ ਦੇਖਿਓ ਕਿ ਇਹ ਮੇਲੇ ਚਿੰਜ ਪਹਿਲਵਾਨ ਲੜਦੇ ਪਰ ਤਾਈ ਇੱਕ ਗੱਲ ਬੜੀ ਸਹੀ ਬੋਲੀ ਇਸ ਵਾਰ ਇਹ ਪਲਾਨ ਬਾਹਰੇ ਦੇ ਨਹੀਂ ਲੋਕਲੀ ਹੋ ਸਕਦੇ ਨੇ ਤਾਂ ਇਸ ਵਾਸਤੇ ਰਿਆ ਤਿਆਰ ਕੱਲ ਵੀ ਸਾੜੇ ਨੇ ਜੁੜੀ ਰਹਿਣਿਓ ਕੱਲ ਆਹ ਤੂੰ ਆ ਸੱਚੀ ਮਾਇਨੇ ਸਹੀ ਮਾਇਨੇ ਚ ਕੱਲ ਤਾਈ ਜਿਹੜਾ ਮਰਜੀ ਕਰ ਲੈ ਕੱਲ ਕੱਲ ਆਹ ਤੂੰ ਆ ਦਸਿੱਲੂ ਚਾਚੂ ਕਨੇ ਬੋਬੋ ਨੇ ਮਿਲੀ ਕਰੀ ਧਰਮਸਾਲਾ ਦੀ ਪਿਕਚਰ ਕਲੀਅਰ ਕਰ ਦੇਣੀ ਹੈ ਕਿ ਕੁਦੇ ਕਿਆ ਲਾਤੈ ਤੂੰ ਹੈ ਕੱਲ ਵਾਰਡ ਵਾਈਜ਼ ਦੱਸਣਾ ਹਤੂਆਂ ਕਿ ਵਾਰਡ ਵਾਈਜ਼ ਕੀ-ਕੀ ਖੁੱਦੜਾ ਸਭੀ ਵਾਰਡ ਵਾਈਜ਼ ਤੀਨਾਂ ਏਰੀਆ ਦਾ ਹਾਂ ਪਹਿਲੇ ਦੱਸਣਾ ਕਿ ਜਿੱਥੇ ਪੁਰਾਣੇ ਵੱਡੇ ਭੁਲਾਣ ਜਿਹੜੇ ਨੇ ਇੱਥੇ ਨਗਰ ਕਨਿਗਮ ਚ ਲੜਾ ਦੇ ਨੇ ਤੀਨਾਂ ਚ ਕੋਣ ਜਿੱਤਗਾ ਤੇ ਕੋਦੀ ਲੱਗੀ ਪਿੱਠ ਸਾਢੇ ਨੇ ਰਿਆ ਤੂੰ ਹਾਂ ਜੁੜੀ ਕਨ ਇਹ ਰਿਆ ਸਾਢਾ ਕਾਰਜਕ੍ਰਮ ਕਨ ਇਹ ਅੱਜ ਓਨ ਹੋਇਆ ਖਤਮ ਮੈਂ ਤੂੰ ਹਾਂ ਤੇ ਲੰਦਾ ਵਿਦਾ ਕਨ ਕੱਲੇ ਦੇ ਪ੍ਰੋਗਰਾਮ ਮੇਂ ਜੁੜਨੇ ਹੋ ਤਾਂ ਧੰਨਵਾਦ ਕੱਲੇ ਵਾਸਤੇ ਜੈ ਹਿੰਦ ਜੈ ਭਾਰਤ ਤੇ ਜੈ ਹਿਮਾਚਲ